ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਆਏ ਹਾਂ ਲੁਧਿਆਣਾ ਦੇ ਵਾਰਡ ਨੰਬਰ 85 ਦੇ ਵਿੱਚ। ਤੁਹਾਨੂੰ ਅਸੀਂ ਸਮਾਰਟ ਸਿਟੀ ਦਾ ਇੱਕ ਦ੍ਰਿਸ਼ ਦਿਖਾਉਣਾ ਚਾਹੁੰਦੇ ਹਾਂ, ਜੋ ਲੁਧਿਆਣੇ ਦੇ ਜਦੋਂ ਪਿੱਛੇ ਹੜ੍ਹ ਵਾਲੇ ਹਾਲਾਤ ਬਣ ਗਏ, ਬੁੱਢਾ ਨਾਲਾ ਲੁਧਿਆਣੇ ਦਾ ਲੀਕ ਕਰ ਗਿਆ, ਬੈਕ ਮਾਰਨ ਲੱਗ ਗਿਆ। ਆਹ ਇੱਕ ਵਾਰੀ ਮੈਂ ਕਹੂੰਗਾ ਦ੍ਰਿਸ਼ ਦਿਖਾਓ। ਆਹ ਦੇਖੋ ਕਿੱਦਾਂ ਮਾਰੋ ਮਾਰ ਪੈ ਰਹੀ ਆ ਪਾਣੀ ਦੀ, ਗੰਦਾ ਪਾਣੀ ਆ, ਕਿੰਨੀ ਬਿਮਾਰੀ ਫੈਲ ਰਹੀ ਹੈ ਇੱਥੇ, ਡੇਂਗੂ ਫੈਲ ਰਿਹਾ, ਮਲੇਰੀਆ ਫੈਲ ਰਿਹਾ। ਪਰ ਜਿਹੜੀਆਂ ਸਾਡੀਆਂ ਸੁੱਤੀਆਂ ਪਈਆਂ ਸਰਕਾਰਾਂ ਖਾਮੋਸ਼ ਬੈਠੀਆਂ, ਪਤਾ ਨਹੀਂ ਕਿੱਥੇ ਬੈਠੀਆਂ। ਜੇ ਇੱਥੇ ਸੜਕ ਬਣਾਉਣੀ ਹੁੰਦੀ ਤਾਂ ਉਦਘਾਟਨ ਕਰਨ ਲਈ ਬੁਲਾਉਣਾ ਹੁੰਦਾ ਤਾਂ ਸਾਰਿਆਂ ਨੇ ਪਹੁੰਚ ਜਾਣਾ ਸੀ, ਪਰ ਜਦੋਂ ਇਹੋ ਜਿਹਾ ਪਾਣੀ ਭਰ ਜਾਂਦਾ ਉਦੋਂ ਕੋਈ ਨਹੀਂ ਆਉਂਦਾ। ਮੈਂ ਤਾਂ ਕਹਿੰਦਾ ਇਹੋ ਜਿਹਾ ਜਦੋਂ ਹਾਲਾਤ ਬਣ ਜਾਂਦੇ ਆ ਉਦੋਂ ਵੀ ਸਰਕਾਰਾਂ ਨੂੰ ਬੁਲਾ ਕੇ, ਸਰਕਾਰਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਇੱਥੇ ਉਦਘਾਟਨ ਕਰਾਉਣਾ ਚਾਹੀਦਾ। ਦੇਖ ਲਓ ਆਹ ਕੀ ਹਾਲਾਤ ਬਣ ਗਏ ਪੰਜਾਬ ਦੇ, ਆਹ ਕੀ ਹਾਲਾਤ ਬਣ ਗਏ ਲੁਧਿਆਣੇ ਦੇ। ਆਮ ਬੰਦਾ ਕਿੱਥੇ ਜਾਊਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਭਰਦਾ, ਆਹ ਇਹਦੇ ਲਈ ਭਰਦਾ ਟੈਕਸ? ਕਿਹੜੀਆਂ ਸਹੂਲਤਾਂ ਮਿਲ ਰਹੀਆਂ ਆਮ ਬੰਦੇ ਨੂੰ? ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ, ਜੇ ਕਿਸੇ ਬੰਦੇ ਨੂੰ ਐਮਰਜੈਂਸੀ ਸਿਚੁਏਸ਼ਨ ਪੈ ਜਾਏ ਨਿਕਲਣਾ ਪੈ ਜਾਏ। ਆਹ ਕੀ ਹੈ ਇੱਥੇ ਹਾਲਾਤ, ਗਟਰ ਖੁੱਲ੍ਹੇ ਪਏ ਆ, ਕੌਣ ਜ਼ਿੰਮੇਵਾਰੀ ਲਊਗੇ ਇਸ ਚੀਜ਼ ਦੀ? ਅਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਆਹ ਜਿਹੜੀਆਂ ਸਰਕਾਰਾਂ ਨੇ ਆਪਾਂ ਜਿਹੜੇ ਟੈਕਸ ਭਰਦੇ ਹਾਂ ਇਹਨਾਂ ਦੀਆਂ ਗੱਡੀਆਂ ਤੇਲ ਭਰਾਉਣ ਲਈ ਟੈਕਸ ਨਹੀਂ ਭਰਦੇ, ਇਹਨਾਂ ਨੂੰ ਸਿਕਿਉਰਿਟੀ ਦਿਵਾਉਣ ਲਈ ਟੈਕਸ ਨਹੀਂ ਭਰਦੇ, ਇਹਨਾਂ ਨੂੰ ਸਿਕਿਉਰਿਟੀ ਜਾਂ ਕੋਠੀਆਂ ਦਿਵਾਉਣ ਲਈ ਆਪਾਂ ਟੈਕਸ ਨਹੀਂ ਭਰਦੇ, ਇਹਨਾਂ ਨੂੰ ਆਹ ਸਾਂਭਣ ਲਈ ਆਪਾਂ ਟੈਕਸ ਭਰਦੇ ਹਾਂ ਕਿ ਸਾਡੀਆਂ ਸੜਕਾਂ ਸਾਂਭੀਆਂ ਜਾਣ, ਹਸਪਤਾਲ ਸਾਨੂੰ ਦਿੱਤੇ ਜਾਣ, ਸਕੂਲ ਸਾਨੂੰ ਦਿੱਤੇ ਜਾਣ। ਪਰ ਆਹ ਬਣ ਗਏ ਹਾਲਾਤ, ਅੱਜ ਲੋਕ ਇੰਨੇ ਪਰੇਸ਼ਾਨ ਹੋ ਰਹੇ ਆ, ਮੁਸੀਬਤਾਂ ਦੇ ਵਿੱਚ ਬੈਠੇ ਆ, ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਆਹ ਸਾਰੇ ਲੋਕ ਅੱਜ ਖੜੇ ਨੇ, ਮੈਂ ਕਹੂੰਗਾ ਸਾਰੇ ਦਿਖਾਓ ਕਿੱਦਾਂ ਸਾਰੇ ਜਾਣਾ ਯਾਰ ਦੁਕਾਨਾਂ। ਆਹ ਦੇਖੋ ਸਾਰੇ ਪਾਸੇ ਦੁਖੀ ਹੋਏ ਪਏ ਆ, ਤਿੰਨ ਦਿਨ ਹੋ ਗਏ, ਆਹ ਵੇ ਲੋਕਾਂ ਦੇ ਮਸਲੇ। ਪਰ ਕੋਈ ਵੀ ਨੁਮਾਇੰਦਾ ਇਹਨਾਂ ਦੇ ਦਰਦ ਤਕਲੀਫ ਨੂੰ ਸਮਝਦਾ ਨਹੀਂ, ਤੇ ਸਾਰਿਆਂ ਨੂੰ ਬੇਨਤੀ ਆ ਇੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਆਹ ਹਾਲਾਤ ਦੇਖੋ, ਆਹ ਸ਼ਹਿਰ ਦੇ ਹਾਲਾਤ ਹੈ, ਕਹਿੰਦੇ ਲੁਧਿਆਣੇ ਨੂੰ ਅਸੀਂ ਸਮਾਰਟ ਸਿਟੀ ਬਣਾਉਣਾ, ਆਹ ਸਮਾਰਟ ਸਿਟੀ ਆ। ਆਹ ਦੇਖੋ ਇੰਨਾ ਗੰਦਾ ਪਾਣੀ ਹੈ ਜੀ, ਕਹਿਣ ਦੀ ਹੱਦ ਨਹੀਂ ਹੈ ਜੀ। ਦੇਖੋ 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 ਪਾਣੀ ਦੇਖੋ, ਇੱਧਰ ਟੌਕਸਿਕ ਵਾਟਰ, ਗੰਦਲਾ ਪਾਣੀ, ਬੁੱਢੇ ਨਾਲੇ ਦਾ ਪੂਰਾ ਗੰਦਾ ਪਾਣੀ ਘਰਾਂ ਦੇ ਵਿੱਚ ਵੜ ਗਿਆ, ਦੇਖੋ ਦੁਕਾਨਾਂ ਦੇ ਵਿੱਚ ਵੜ ਗਿਆ। ਪੀਣ ਦੇ ਪਾਣੀ 'ਚ ਵੀ ਆ ਰਿਹਾ ਜੀ, ਪੀਣ ਦੇ ਪਾਣੀ, ਪੀਣੀ ਦੇ ਪਾਣੀ 'ਚ ਵੀ ਆ, ਗਟਰ ਵਾਲਾ ਪਾਣੀ ਆ ਰਿਹਾ ਜੀ। ਆਹ ਕੀ ਆ, ਅੱਜ ਆਪਾਂ 72 ਸਾਲ ਹੋ ਗਏ ਆਜ਼ਾਦੀ ਲਈ, ਆਹ ਵੇ 72 ਸਾਲਾਂ ਦੀ ਆਜ਼ਾਦੀ ਦੇ ਰਿਜ਼ਲਟ, ਆਹ ਨਤੀਜੇ ਦੇਖ ਲਓ 72 ਸਾਲ ਦੀ ਆਜ਼ਾਦੀ ਦੇ। ਸਿਰਫ ਬੇਈਮਾਨ ਸਿਆਸਤਦਾਨਾਂ ਕਰਕੇ, ਇਹੀ ਆਪਾਂ ਜੇ ਚੰਗੇ ਸਿਆਸਤਦਾਨ ਬਣਾਏ ਹੁੰਦੇ, ਚੰਗੀ ਨੀਅਤ ਵਾਲੇ, ਚੰਗੀ ਸੋਚ ਵਾਲੇ ਲੀਡਰਾਂ ਨੂੰ ਚੁਣਿਆ ਹੁੰਦਾ, ਅੱਜ ਆਹ ਹਾਲਾਤ ਨਾ ਦੇਖਣੇ ਪੈਂਦੇ, ਇਹ ਸਾਨੂੰ ਆਪ ਨਹੀਂ ਭੁਗਤਣਾ ਪੈਂਦਾ। ਆਪਾਂ ਇਮਾਨਦਾਰੀ ਨੂੰ ਤਾੜੀਆਂ ਤਾਂ ਦੇ ਦਿੰਦੇ ਹਾਂ, ਪਰ ਛਿੱਤਰਾਂ ਨੂੰ ਫਿਰ ਆਪਾਂ ਵੋਟ ਪਾ ਕੇ ਫਿਰ ਬਾਅਦ 'ਚੋਂ ਆਪਾਂ ਗਲਪਦੇ ਹਾਂ। ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਆ, ਬੇਨਤੀ ਆ, ਆਓ ਸਾਰੇ ਇਕੱਠੇ ਹੋ ਕੇ ਆਹ ਲੁਧਿਆਣਾ ਜਿਹੜਾ 85 ਨੰਬਰ ਵਾਰਡ 'ਚ, ਇਹਨਾਂ ਦੇ ਆਪਾਂ ਹਮਦਰਦ ਬਣੀਏ, ਅਤੇ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਈਏ, ਸ਼ੀਸ਼ਾ ਦਿਖਾਈਏ। ਆਹ ਮੈਂ ਵੀਡੀਓ ਬਣਾ ਰਿਹਾ ਸਿਰਫ ਅਤੇ ਸਿਰਫ ਸ਼ੀਸ਼ਾ ਦਿਖਾਉਣ ਲਈ, ਉਹ ਦੇਖੋ ਉਹ ਕਿੱਦਾਂ ਰੇੜਾ ਖਿੱਚ ਰਿਹਾ, ਜੋ ਉੱਥੇ ਅੱਗੇ ਗਟਰ ਹੋਵੇ ਉਹ ਬੰਦਾ ਜੇ ਗਟਰ ਦੇ ਵਿੱਚ ਡਿੱਗ ਜਾਂਦਾ ਕੌਣ ਜ਼ਿੰਮੇਦਾਰ ਹੋਊਗਾ? ਮੇਰੀ ਸਿਰਫ ਇੰਨੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਆਓ ਯਾਰ, ਆਪਣੇ ਪੰਜਾਬ ਨੂੰ ਬਚਾ ਸਕੀਏ, ਲੁਧਿਆਣੇ ਨੂੰ ਬਚਾ ਸਕੀਏ, ਇੰਨੀ ਸਾਡੇ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਆ। ਮੇਰੇ ਨਾਲ ਮੇਰੇ ਸਾਥੀ ਵੀ ਆਏ ਆ, ਬਲਦੀਪ ਸਿੰਘ ਗਰੇਵਾਲ ਵੀ ਆਇਆ ਲਾਹੌਰ ਤੋਂ, ਗਗਨਦੀਪ ਸਿੰਘ ਕੰਗ ਵੀ ਆਇਆ, ਸਾਰੇ ਆਪਾਂ ਇਕੱਠੇ ਹੋ ਕੇ ਆਇਆ। ਸਿਰਫ ਇੱਕ ਗੱਲ ਦੀ ਅਪੀਲ ਕਰ ਰਹੇ ਹਾਂ ਕਿ ਆਪਾਂ ਯਾਰ ਸਾਰੇ ਇਕੱਠੇ ਹੋ ਕੇ, ਨੌਜਵਾਨ ਇਕੱਠੇ ਹੋ ਕੇ ਆਪਣੇ ਲੁਧਿਆਣੇ ਨੂੰ ਅਤੇ ਆਪਣੇ ਪੰਜਾਬ ਨੂੰ ਬਚਾ ਸਕੀਏ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਬੇਨਤੀ ਆ, ਤਾਂ ਜੋ ਆਹ ਹਾਲਾਤ ਆਪਾਂ ਦਿਖਾ ਸਕੀਏ, ਘਰ ਘਰ ਤੱਕ ਪਹੁੰਚਾ ਸਕੀਏ ਕਿ ਇਹ ਹਾਲਾਤ ਬਣ ਚੁੱਕੇ ਇਸ ਵੇਲੇ ਲੁਧਿਆਣੇ ਦੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।